ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸੋ ਵਾਂਸ ਅਗੇਨ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਦੀ ਵੀਡੀਓ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਊ ਟੂ ਡੰਬਲ ਓਵਰਹੈਡ ਪ੍ਰੈਸ ਸਭ ਤੋਂ ਪਹਿਲਾਂ ਡੰਬਲ ਨੂੰ ਆਪਣੀ ਥਾਈਸ ਦੇ ਉੱਪਰ ਟਿਕਾ ਕੇ ਆਪਾਂ ਲਿਫਟ ਕਰਾਂਗੇ ਲਿਫਟ ਕਰਨ ਤੋਂ ਬਾਅਦ ਦੇਖੋ ਡੰਬਲ ਨੂੰ ਥੋੜਾ ਜਿਹਾ ਆਪਾਂ ਇਨਵਰਡ ਮੂਵ ਕਰਾਂਗੇ ਤਾਂ ਕਿ ਸਾਰਾ ਪ੍ਰੈਸ਼ਰ ਜਿਹੜਾ ਸਾਡੇ ਸ਼ੋਲਡਰ ਦੇ ਉੱਪਰ ਆਵੇ ਹੁਣ ਮੈਂ ਤੁਹਾਨੂੰ ਦੱਸਾਂਗਾ ਬਰੀਥਿੰਗ ਪੈਟਰਨ ਬਰੀਥਿੰਗ ਪੈਟਰਨ ਜਿਹੜਾ ਹੈ ਉਹਦਾ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਉੱਪਰ ਨੂੰ ਲੈ ਕੇ ਜਾਣਾ ਤਾਂ ਆਪਾਂ ਇਨਹ ਉੱਪਰ ਜਾਂ ਲੱਗੇ ਇਨਹੇਲ نیچے ਆ ਲੱਗੇ ਐਗਜ਼ੀਲ ਇਨਹੇਲ ਐਂਡ ਐਗਜ਼ੀਲ ਦਿਸ ਇਜ਼ ਦੀ ਰੀਅਲ ਮੈਕੈਨਿਜ਼ਮ ਆਫ ਬਰੀਥਿੰਗ ਇਨ ਦਿਸ ਐਕਸਰਸਾਈਜ਼ ਤੇ weight ਜਿਹੜਾ ਬਿਲਕੁਲ ਐਡਿਕੁਏਟ ਜਿਹੜਾ ਆ ਯੂਜ਼ ਕਰਨਾ ਆ ਤੇ ਝਟਕੇ ਜਿਹੜੇ ਨਹੀਂ ਮਰਾਉਣੇ ਹੁਣ ਗੱਲ ਕਰਦੇ ਆ ਕਿ ਇਸ ਐਕਸਰਸਾਈਜ਼ ਦੇ ਕਿੰਨੇ ਸੈਟ ਲਗਾਉਣੇ ਨੇ ਇਸ ਐਕਸਰਸਾਈਜ਼ ਦੇ ਤੁਸੀਂ ਪਰਫਾਰਮ ਕਰਨੇ ਨੇ 4 ਸੈਟ 6 ਤੋਂ 8 ਰੈਪ weight ਇਹਦੇ ਵਿੱਚ ਹਾਈ ਰੱਖਣਾ ਆ ਮਿਲਦੇ ਆ ਨੈਕਸਟ ਵੀਡੀਓ ਚ ਵਾਹਿਗੁਰਜੀ ਖਾਲਸਾ ਵਾਹਿਗੁਰਜੀ